दो बच्चे ने साड़ी जी कुआरी है और 9 साल तो इस घर रह रही है हाले भी घर ही है और साड़ी ने कहा कि मैं इस थोड़े नाल ही रहूंगी जी थोड़े बच्चे है मैं अपने समझ के मैं ब्याह नहीं करवाना ना रहूंगी हूँ जी साड़ी ने अखा फिर लिया तो हम जिस करके व्यक्ति जो बहुत परेशान है जिस करके रेडियो से आया यह दसना चाहता कि मेरे ना आ बीती किसी के नाल होर ना बीते कोई यकीन ना करे अपनी साड़ी से या अपने किसी ऐसे होर मैंबर से जो कहते हैं ये सच नहीं होंगे सवाल यह है मिठू धड़ साहब ने यह कहें कि मैं ये जानना चाहता कि तू कर अपना मूव हो रहा घरों कर लिया वह भी कहना चाहती घरों कड़ नहीं सकता क्योंकि रिश्ता रहा यह कोई ऐसी सलाह दो सानू कि हम करे की हाँ जी मैं लाइन लाइन वन तुम मिठू जी की कहना चाहते हो मिठू जी टुट चुके हैं सब दे घर बेटियां ने असीं शो देख रहे हैं सारे परिवार वाले ओ बेटी 13 साल दी सी थोड़े ब्याह होए ते थोड़ियां अखां उहदे ते चल गईयां सानू सुणदियां नू ना इह प्रोग्राम शर्म नाल साडियां अखां झुकदियां ने ते रिश्तियां दी कोई कदर नहीं रही क्योंकि जिन्हां जिन्हां दे घर भी अज बेटियां ने ना ओ बहुत 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 ज्यादा सावधान हो जाणगे थोड़े वर्गे बंदियां तों क्योंकि तुसीं बंदे नहीं हैगे इह एक तरह का कोई शर्म आनी चाहिए गलां हजे भी होंके लेने ते तुसी अपसेट होए वे थोड़ी ब्यूटीफुल वाइफ ते थोड़े दो बच्चे घर च ने की सोचणगे थोड़े बच्चे अज 12 साल की बेटी की सोचदी हो जिहड़ी तुसी स्टोरी अज लिया के लांदी आ लाण तो तुसी इस जग दे उत्ते मैं कहनी आ ਵੀਰ ਜੀ ਇਹ ਮਿੱਠੂ ਨਹੀਂ ਹੈ ਪਿੱਟੂ ਇਹਨੂੰ ਪਿੱਟਣਾ ਚਾਹੀਦਾ ਇਹ ਭੈਣ ਜੀ ਪਿਆਰ ਦੇ ਵਿੱਚ ਪਿੱਟ ਰਹੇ ਨੇ ਪਿਆਰ ਵਿੱਚ ਤੜਫ ਰਹੇ ਨੇ ਕਹਿੰਦੇ ਮਸਕੂ ਮੇਰਾ ਨਹੀਂ ਕਸੂਰ ਹੈ ਕਸੂਰ ਉਹਦਾ ਆਇਆ ਕੋਈ ਮੈਨੂੰ ਕਿਹਾ ਸੀਗਾ ਕਿ ਮੈਂ ਸਾਰੀ ਉਮਰ ਨਾਲ ਰਹੂੰਗੀ ਇਹਨੇ 5 ਸਾਲ ਤਾਂ ਹੀ ਇਹ ਜਾਂਦਾ ਰਿਹਾ ਇੰਡੀਆ ਤਾਂ ਹੀ ਇਹਨੇ ਆਪਣੀ ਵਾਈਫ ਨੇ ਬੁਲਾਈ ਮੈਂ ਮੈਨੂੰ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕਿਹੜੇ ਸ਼ਬਦ ਯੂਜ਼ ਕਰਾਂ ਉਹ ਤਾਂ ਪ੍ਰੂਫ ਹੈ ਗਿਆ ਕਿਉਂ ਨਹੀਂ ਦੇ ਸਕਦਾ ਕਿਉਂ ਨਹੀਂ ਆਈ ਉਹ ਮੈਂ ਤੁਹਾਨੂੰ ਦੱਸ ਦਿੱਤੀ ਸਟੋਰੀ ਵੀ ਇਹ ਪਾਗਲ ਹਜੇ ਵੀ ਪਾਗਲ ਹੈ ਹਜੇ ਵੀ ਦੇਖੋ ਉਹਨੂੰ ਉਹ ਕਿਤੇ ਚੱਲ ਗਈ ਆ ਛੱਡ ਗਈ ਆ ਇਹਨੂੰ ਸਭ ਕੁਛ ਕਰ ਗਈ ਹੈ ਤੇ ਕਿਸੇ ਦੇ ਘਰ ਧੀਆਂ ਹੁੰਦੀਆਂ ਕਿਸੇ ਦੇ ਇੱਕ ਬੇਟੀ ਹੈ ਕਿਸੇ ਦੇ ਦੋ ਬੇਟੀਆਂ ਨੇ ਤੇਰੇ ਵਰਗਾ ਪ੍ਰਾਹੁਣਾ ਤਾਂ ਕਿਸੇ ਦੇ ਘਰ ਜਵਾਈ ਜਾਵੇ ਨਾ ਜਿਹਾ ਜਿਹਾ ਤੂੰ ਕਿਸੇ ਦੇ ਗਈ ਆ ਲਾਹਣਤ ਹੈ ਮੈਂ ਤੈਨੂੰ ਮੈਂ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਵੀ ਮੈਂ ਤੈਨੂੰ ਕਿੱਦਾਂ ਝਾੜ ਪਾਵਾਂ ਤੇ ਕਿੱਦਾਂ ਤੈਨੂੰ ਫਿਕਸ ਕਰਾਂ ਹੋਪਫੁਲੀ ਜਿਹੜੇ ਕਾਲਰ ਆਉਣਗੇ ਤੈਨੂੰ ਲਾਹਣਤਾਂ ਪਾਉਣਗੇ ਅੱਜ ਇਹ ਬਿਕੋਜ਼ ਮੈਨੂੰ ਤਾਂ ਸ਼ਰਮ ਆਉਂਦੀ ਹੈ ਦੱਸ ਆਲ ਆਈ ਕੈਨ ਸੇ ਵੀਰ ਜੀ ਪਰ ਭੈਣ ਜੀ ਕਹਿੰਦੇ ਕਿ ਮੇਰਾ ਕਸੂਰ ਨਹੀਂ ਕਸੂਰ ਜਿਹੜਾ ਆ ਉਹ ਲੜਕੀ ਦਾ ਕਿ ਜਿਹਨੇ ਮੈਨੂੰ ਮੇਰੇ ਤੇ ਮਤਲਬ ਮੈਨੂੰ ਪਿਆਰ ਦੇ ਵਿੱਚ ਉਲਝਾ ਲਿਆ ਵੀਰ ਜੀ ਉਹ 2 ਸਾਲ ਬਾਅਦ 3 ਸਾਲ ਬਾਅਦ 15 16 ਸਾਲ ਦੀ ਬੱਚੀ ਦਾ ਕਸੂਰ ਹੋ ਗਿਆ ਤੇ ਇਸ ਵੱਡੇ ਆਦਮੀ ਦਾ ਜਿਹਦੇ ਕੋਲ ਬੱਚੇ ਨੂੰ ਉਹਦਾ ਕਸੂਰ ਨਹੀਂ ਹੈਗਾ ਕਮ ਔਨ ਗਿਵ ਮੀ ਅ ਬ੍ਰੇਕ ਥੈਂਕਸ ਭੈਣ ਜੀ ਔਰ ਤੁਹਾਡਾ ਸਤਿਕਾਰ ਹੈ ਕਾਲ ਕਰ ਲਈ ਥੈਂਕ ਯੂ ਜੀ ਬਾਏ ਨੰਬਰ 3 ਕਾਲਰ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਬਾਸੀ ਸਾਹਿਬ ਜੀ ਜੀ ਪਾਸਾ ਜੀ ਮੈਂ ਕਹਿਣਾ ਜੀ ਆਪਣੇ ਕੋਈ ਸਟੂਡੀਓ ਚ ਕੋਈ ਪੁਰਾਣਾ ਜੁੱਤੀ ਜਾਂ ਕੋਈ ਬੂਟ ਪਿਆ ਜੀ ਕੀ ਮਤਲਬ ਵੀ ਕੋਈ ਪਿਆ ਤਾਂ ਜੀ ਇਹਦੇ ਸਿਰ ਤੇ ਸੀ ਸੱਤ ਤਾਂ ਮਾਰੋ ਜੀ ਬੈਠੇ ਜੀ ਆ ਪਲੀਜ਼ ਸਟਾਪ ਡੋਂਟ ਸੇ ਦੈਟ ਪੰਜਾਬੀਆਂ ਦਾ ਕਲਚਰ ਥੋੜਾ ਹੈ ਜੀ ਜਿਹੜਾ ਇਹ ਕਰੀ ਜਾਂਦਾ ਹੈ ਜੀ ਨਹੀਂ ਨਹੀਂ ਤੁਸੀਂ ਬਰਾਬਰ ਦੀ ਧੀ ਹੈ ਜੀ ਗੱਲ ਕਰੋ ਯਾਰ ਗੱਲ ਕਰੋ ਯਾਰ ਮੈਂ ਤੋ ਦੱਸ ਰਿਹਾ ਹੈ ਸੱਚੀ ਗੱਲ ਦੱਸ ਰਿਹਾ ਸੱਚ ਬੋਲ ਰਿਹਾ ਆ ਉਹ ਝੂਠ ਨਹੀਂ ਬੋਲ ਰਿਹਾ ਉਹ ਹੋਇਰਾ ਸਾ ਇਹਨੂੰ ਇਹ ਨਹੀਂ ਇਹ ਸਮਝ ਲੈਣਾ ਸੀ ਜੀ ਵੀ ਦੋ ਜਨਾਨੀਆਂ ਕੈਪਟ ਨੇ ਰੱਖਿਆ ਜੀ ਉਹ ਦੇਖੋ ਜੀ ਕਿਵੇਂ ਕੂਪਰ ਵਾਂਗੂ ਛੜਾਕੇ ਜੇ ਮਾਰਦਾ ਸੀਗਾ ਜੀ ਉਹ ਵੀ ਇਹ ਮਾਰੀ ਜਾਂਦਾ ਜੀ ਹੁਣ ਮੈਨੂੰ ਇਹਦਾ ਹਾਰਟ ਚੈੱਕ ਕਰਨਾ ਪਾਉਣਾ ਪਊਗਾ ਜੀ ਉਹ ਪਰੇਸ਼ਾਨ ਹੈ ਔਰ ਨੀਂਦ ਨਹੀਂ ਆ ਰਹੀ ਡਾਕਟਰ ਜਾ ਕੇ ਆਇਆ ਔਰ ਆਪਣੀ ਦੱਸ ਰਿਹਾ ਜ਼ਿੰਦਗੀ ਜ਼ਿੰਦਗੀ ਬਾਰੇ ਤੁਸੀਂ ਸੁਣੋ ਉਹ ਕਹਿ ਰਿਹਾ ਕਿ ਕੋਈ ਹੋਰ ਨਾ ਇਸ ਤਰ੍ਹਾਂ ਦੀ ਲਪੇਟ ਵਿੱਚ ਆਵੇ ਜਿਵੇਂ ਮੈਨੂੰ ਇਸ ਲੜਕੀ ਨੇ ਲਿਆ ਆ ਹੋਰ ਦੀ ਜ਼ਿੰਦਗੀ ਨਾ ਬਰਬਾਦ ਹੋਵੇ ਉਹ ਦੱਸਣ ਹੀ ਆਇਆ ਲੋਕਾਂ ਨੂੰ ਨਹੀਂ ਪਰੇਸ਼ਾਨੀ ਹੁਣ ਗਵਾਂਢੀਆਂ ਨੂੰ ਆਵੇ ਜੀ ਜਨਾਨੀਆਂ ਦੋ ਹੀ ਰੱਖੀ ਬੈਠੇ ਜੀ ਪਰੇਸ਼ਾਨੀ ਵੀ ਇਹਨੂੰ ਹੀ ਆਉਗੀ ਜੀ ਮਿੱਠੂ ਜੀ ਦਾ ਕੋਈ ਕਸੂਰ ਨਹੀਂ ਹੈ ਮਿੱਠੂ ਜੀ ਤਾਂ ਵਿਚਾਰੇ ਇਹ ਮਤਲਬ ਇਹਨਾਂ ਨੂੰ ਅਲਝਾਇਆ ਗਿਆ ਪਿਆਰ ਦੇ ਵਿੱਚ ਉਹਨੇ ਵਾਅਦਾ ਕੀਤਾ ਸੀ ਕਿ ਮੈਂ ਤੇਰੀ ਵਾਈਫ ਬਣ ਕੇ ਰਹੂੰਗੀ ਤੇ ਇਹ ਬੱਚੇ ਜਿਹੜੇ ਮੇਰੇ ਰਹਿਣਗੇ ਬੱਚੇ ਤਾਂ ਇਹ ਰਹਿਣਗੇ ਜੀ ਤਾਂ ਹੁਣ ਇਹ ਭਾਲਦਾ ਜੀ ਇਹਨੂੰ ਤਾਂ ਇਹ ਹੈ ਨਹੀਂ ਬਸ ਹੁਣ ਇਹਦੇ ਖਾਤਰ ਹੈ ਨਹੀਂ ਸ਼ਬਦ ਜੀ ਇਹਨੂੰ ਕੀ ਕਹੀਏ ਜੀ ਓਕੇ ਮਿਹਰਬਾਨੀ ਨੰਬਰ 5 ਕਾਲਰ ਪਲੀਜ਼ ਹਾਂਜੀ ਨੰਬਰ 5 ਕਾਲਰ
ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਸਦੂਰ ਬਾਸੀ ਬੋਲਦਾ ਕੈਲੀਫੋਰਨੀਆ ਤੋਂ ਜੀ ਜੀ। ਵਾਕਿਆ ਹੀ ਸ਼ਰਮ ਵਾਲੀ ਗੱਲ ਆ, ਬੰਦੇ ਸੋਚ ਕੇ ਅੱਖਾਂ ਨੀਵੀਆਂ ਹੁੰਦੀਆਂ। ਜੇ ਪਹਿਲਾਂ ਦੇਸ਼ ਦੇ ਅਕਲ ਵਾਲਾ ਹੁੰਦਾ ਤਾਂ ਪਹਿਲਾਂ ਰੋਕ ਦਾਰੂ ਪਾਈ ਕੇ ਇਹ ਕੰਮ ਨੀ ਕਰਨਾ ਕਿ ਆਪਾਂ ਰਸਤਾ ਕਿਹੜਾ ਆ, ਅਸੀਂ ਉਸ ਰਸਤੇ ਚ ਰਹਿਣਾ, ਕਿਉਂਕਿ ਇਹ ਦਿਲ ਇਹਦਾ ਵੀ ਬੇਈਮਾਨ ਸੀਗਾ। ਮਿੱਠੂ ਜੀ, ਤੁਸੀਂ ਉਹਨਾਂ ਰੋਕਿਆ ਸੀ ਕਿ ਮੈਂ ਇਹ ਤਾਂ ਰਸਤਾ ਨਹੀਂ ਇੱਧਰ ਕਰਨਾ? ਨਹੀਂ ਜੀ ਗੁਰਪ੍ਰੀਤ ਅਡਵਾਲ ਬੋਲ ਰਿਹਾ। ਬੜੀ ਸ਼ਰਮ ਵਾਲੀ ਗੱਲ ਹੈ, ਸ਼ਰਮ ਚਾਹੀਦੀ ਹੈ ਜੀ ਇਹਨਾਂ ਨੂੰ, ਹਨਾ। ਸੋ ਭੈਣ ਕਾ ਵੀ ਹੋ ਗਈ, ਡੈਣ ਹਨਾ ਹੋ ਗਈ, ਜਿਹੜੀ ਆਪਣੀ ਭੈਣ ਦਾ ਘਰ ਵਸਦਾ ਜਾਣ ਲੱਗੀ ਸੀ। ਦੂਜੀ ਗੱਲ 100% ਬਾਸੀ ਸਾਹਿਬ ਕਸੂਰ ਇਹਦਾ ਆ, ਹਨਾ। ਉਹ ਕੁੜੀ ਨਿਆਣੀ ਵੱਡੀ ਸੀ, ਨਿਆਣੀ ਮੱਤ ਦੀ ਸੀ, 100% ਕਸੂਰ ਇਹਦਾ ਆ। ਤੇ ਅਗਲੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਹਨਾ, ਜਿੱਦਾਂ ਉਹ ਜਦੋਂ ਕੰਮ ਨੀ ਸੀ ਕਰਦੀ ਇਹਨਾਂ ਨੇ, ਫਿਰ ਪਿਆ ਵੀ ਚੰਗਾ ਹਨਾ ਉਹਦੇ ਉੱਤੇ ਲਾਇਆ ਹੋਊਗਾ, ਫੀਸਾਂ ਫੂਸਾਂ ਤਾਰੀਆਂ ਹੋਣੀਆਂ, ਬਾਈ ਨੇ ਕਿੰਨਾ ਖਰਚਾ ਕਰਤਾ ਬਾਈ ਫਿਰ 10 ਸਾਲਾਂ ਚ? ਨਹੀਂ, ਖਰਚਾ ਕੋਈ ਨੀ ਕੀਤਾ ਜੀ। ਲੈ ਯਾਰ, ਕੰਮ ਤਾਂ ਉਹ ਕਰਦੀ ਨੀ ਸੀ, ਫਿਰ ਖਰਚਾ ਕਿੱਥੋਂ ਚੱਲਦਾ ਸੀ ਉਹਦਾ? ਸ਼ਰਮ ਵਾਲੀ ਗੱਲ ਆ, ਪਰ ਹੁਣ ਜੇ ਚੱਲ ਤੁਹਾਡਾ ਤਾਂ ਹੈਨਾ ਹੈਗਾ ਆ ਬਸਿਆ ਹੋਇਆ ਘਰ, ਅਗਲੀ ਜਗ੍ਹਾ ਹੋਰ ਕਿਤੇ ਬਸ ਛੱਡ ਦੇਵਾਂ ਨਾ, ਤੇਲ ਨੀ ਪਾਊਂਗਾ। ਪਰ ਮੈਂ ਇਹ ਗੱਲ ਤੁਹਾਨੂੰ ਜਰੂਰ ਕਹੂੰਗਾ, ਕੱਲ ਤੁਸੀਂ ਆਪਣੀ ਧੀ ਵਿਆਹਣੀ ਆ ਨਾ, ਕੱਲੂ ਕਿਸੇ ਨੇ ਰਿਸ਼ਤਾ ਨੀ ਕਰਾਉਣਾ ਬਾਈ। ਜੋ ਕੁਛ ਹੋ ਗਿਆ ਸੀਗਾ ਕੌੜਾ ਘੁੱਟ ਭਰ ਕੇ ਹੁਣ ਭੁੱਲ ਜਾਓ, ਅੱਗੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਓ, ਵਧੀਆ ਰਹੋ, ਸੱਚ ਬੋਲ ਰਿਹਾ ਮਿੱਠੂ ਜੀ, ਸੱਚੇ ਨੇ। ਹਾਂਜੀ, ਨੰਬਰ 3 ਕਾਲਰ ਗੁਰਜੋਤ ਲਾਈਨ ਤੇ ਹੋ ਜੀ। ਬਾਜੀ ਸਾਹਿਬ ਦੇਖੋ, ਸੱਚ ਤਾਂ ਚਲੋ ਬੋਲ ਰਿਹਾ, ਆਪਾਂ ਇਹਦੀ ਸੱਚਾਈ ਤੋਂ ਕੀ ਲੈਣਾ ਇਹ ਬਾਜੀ ਸਾਹਿਬ ਬੰਦੇ ਨੇ, ਪਰ ਗਲਤ ਬਹੁਤ ਕਰਿਆ ਮਿੱਠੂ ਨੇ। ਜਿਹੜੀ ਬਗਾਨੀ ਥਾਲੀ ਚ ਚੂੜੀ ਖਾਧੀਆਂ ਨੇ ਜਾ ਕੇ ਇਹਨੇ ਜੀ, ਉਹ ਬਹੁਤ ਗਲਤ ਕੀਤਾ ਜੀ। ਬਾਕੀ ਜਿਹੜਾ ਦਰਬਾਰ ਸਿੱਧੂ ਕਹਿ ਕੇ ਗਿਆ ਗਾ ਜੀ, ਆਪਣਾ ਜੁੱਤੀ ਵਾਲੀ ਗੱਲ ਚਾਚਾ ਮੇਰਾ, ਉਹ ਜਮਾ ਸਹੀ ਆ, ਇਹਦੇ ਜੁੱਤੀਆਂ ਮਾਰੋ ਜੀ। ਐਕਸਕਿਊਜ਼ ਮੀ ਪਲੀਜ਼, ਸਟਾਪ ਐਟ ਪਲੀਜ਼, ਇਹ ਮਾੜੀ ਗੱਲ ਆ ਬਾਜੀ ਸਾਹਿਬ ਇਹਦੀ ਜੀ, ਫਿਰ ਸਟਾਪ ਦੈਟ। ਉਹ ਪਰੇਸ਼ਾਨ ਹੈ ਔਰ ਤੁਹਾਨੂੰ ਦੱਸਣਾ ਆਇਆ ਆਪਣੀ ਸਟੋਰੀ, ਔਰ ਵਿਦ ਮੈਨਰਸ ਗੱਲ ਕਰੋ ਪਲੀਜ਼। ਨੰਬਰ 2 ਕਾਲਰ ਪਲੀਜ਼। ਹਾਂਜੀ ਬਸ ਸਾਹਿਬ ਜੀ, ਬਿਲਕੁਲ ਇਹ ਬੰਦਾ ਗਲਤ ਆ ਜੀ। ਦੇਖੋ ਹੁਣ ਇਹ ਕੀ ਚਾਹੁੰਦਾ ਵੈਸੇ, ਉਹਦਾ ਦੋਵਾਂ ਨੂੰ ਰੱਖਣਾ ਚਾਹੁੰਦਾ, ਉਹਦੀ ਵਾਈਫ ਨੂੰ ਵੀ ਰੱਖਣਾ ਚਾਹੁੰਦਾ, ਇੱਕ ਕੁਐਸਚਨ ਇਹਨੂੰ ਪਹਿਲਾਂ। ਮਿੱਠੂ ਜੀ ਕਹਿੰਦੇ ਨੇ ਕਿ ਤੁਹਾਡੀ ਮਿਸਿਸ ਜਿਹਨੇ ਨਾਵਾਂ ਲਈਆਂ ਨੇ, ਤੁਸੀਂ ਉਹਨਾਂ ਨੂੰ ਵੀ ਪੂਰਾ ਸਤਿਕਾਰ ਕਰਦੇ ਹੋ, ਤੇ ਦੂਜੇ ਪਾਸੇ ਤੁਸੀਂ ਇਹਨੂੰ ਵੀ ਸਤਿਕਾਰ ਕਰਦੇ ਹੋ, ਅਤੇ ਔਰ ਹਾਲ ਤੁਸੀਂ ਇੱਕੋ ਘਰ ਵਿੱਚ ਰਹਿ ਰਹੇ ਹੋ, ਔਰ ਕੀ ਚਾਹੁੰਦੇ ਕੀ ਤੁਹਾਡਾ ਮਨ ਕੀ ਚਾਹੁੰਦਾ ਆਪ ਜੀ ਦਾ? ਮੈਨੂੰ ਵੀ ਉਹੀ ਪਤਾ ਨੀ ਲੱਗ ਰਿਹਾ ਹੁਣ, ਗਾਂ ਕੀ ਹੋਣਾ ਗਾਂ ਪਤਾ ਨੀ ਲੱਗ ਰਿਹਾ। ਜਿਹੜਾ ਗੱਲ ਧੀਆਂ ਵਰਗੀ ਦੀ ਸਾੜੀ ਇੰਨੀ ਛੋਟੀ ਹੈ ਨਾ, ਉਹਦੇ ਨਾਲ ਗਲਤ ਕੰਮ ਕੀਤਾ ਬਾਈ ਸਾਹਿਬ, ਛਿੱਤਰਾਂ ਦੀ ਨੀ ਡਾਂਗਾਂ ਦੀ ਘਾਟ ਆ ਜੀ, ਡਾਂਗਾਂ ਦੀ। ਤੁਸੀਂ ਛਿੱਤਰ ਕਹਿੰਦੇ ਨਾ ਮਾਰੋ, ਇਹੋ ਜਿਹੇ ਬੰਦੇ ਦੇ ਡਾਂਗਾਂ ਵੱਜਣੀਆਂ ਚਾਹੀਦੀਆਂ ਨੇ ਜਾਂ ਰੇਡੀਓ ਤੇ ਟੈਲੀਵਿਜ਼ਨ ਤੇ। ਅਸੀਂ ਫਿਜ਼ੀਕਲੀ ਲੋਕਾਂ ਨੂੰ ਲੜਾਈ ਝਗੜੇ ਚ ਲਵਾ ਨਹੀਂ ਕਰ ਸਕਦੇ, ਮੰਨਦੇ ਆਪਾਂ ਨਹੀਂ ਕਰ ਸਕਦੇ ਕੁਝ ਇੱਥੇ ਰੇਡੀਓ ਤੇ ਬੈਠੇ, ਪਰ ਇਹ ਬੰਦਾ ਤਾਂ ਗਲਤ ਆ ਨਾ ਜੀ। ਦੇਖੋ ਇਹ ਪਿਆਰ ਥੋੜੀ ਹੁੰਦਾ, ਇਹਦਾ ਇੱਕ ਭੁੱਖਾ ਹੌਸਾ ਹੈ ਤਾਂ, ਠੀਕ ਹੈ ਨਾ। ਪਿਆਰ ਥੋੜੀ ਹੁੰਦਾ ਇਹ ਵੀ ਵਾਈਫ ਨੂੰ ਛੱਡ ਕੇ ਪਿਆਰ ਤੈਨੂੰ ਆਸੇ ਪਾਸੇ ਹੋ ਰਿਹਾ, ਤੈਨੂੰ ਸ਼ਰਮ ਨੀ ਆ ਰਹੀ, ਤੇਰੇ ਜਵਾਕ ਤੇਰੇ ਬਰਾਬਰ ਦੇ ਹੋਣ ਵਾਲੇ ਨੀ। ਬਹੁਤ ਗਲਤ ਕੀਤਾ ਜੀ ਇਸ ਬੰਦੇ ਨੇ, ਤਾਂ ਹੁਣ ਇਹ ਚਾਹੁੰਦਾ ਕਿ ਇੱਥੇ ਵੀ ਤੁਹਾਡੇ ਤੁਸੀਂ ਕੀ ਕਿਹਾ ਵੀ ਇਹਦੀ ਸਾਰੀ ਇਹਦੇ ਨਾਲ ਮਿਲਾ ਦਿਓ, ਇਹਨੂੰ ਸ਼ਰਮ ਨੀ ਆਉਂਦੀ ਹੈਗੀ ਰੇਡੀਓ ਤੇ ਆ ਕੇ ਤੇ ਏਦਾਂ ਦੀ ਹੈਲਪ ਮੰਗਦੇ ਨੂੰ। ਤੁਸੀਂ ਕਰ ਸਕਦੇ ਹੋ ਬਾਸੀ ਸਾਹਿਬ, ਦੱਸੋ ਇਹਦੀ ਸਾਰੀ ਮਿਲਾ ਸਕਦੇ ਹੋ ਇਹਦੇ ਨਾਲ?
मलिक साहब अपनी गल आओ फिर जिहड़ी हो चुकी है तुसी स्टोरी दे विच कोई कमेंट देना चाहुंदे हो तां प्लीज दे सकदे हो जी व्हाट ही सेड दिस गाय दोने पास आई सी नंबर फोर कॉलर प्लीज नंबर बोलो जी बोलो कॉलर बासी साहब जी पहला दिन मैं पूछिए सह कते नहीं औखे फैली जाता रेडियो के उत्ते टेलीफोन दी समस्या कनेक्शन दी प्रॉब्लम आ रही है दो घंटे भी कर लेना मेरे नाल सुनो जरा कॉलर मतलब की कन्नी मेहनत कर देने मिठू दसो की काम कर दे आप जी सर अपने ग्रेवल दा हैगा हटा काम हाँ ग्रेवल दा काम कर देने और इस वेले नौकरी दे नहीं और प्लीज बी साइलेंट दसी के रॉयल बिल्डिंग प्रोडक्ट वाले पैकर चाहिए ने भी तो डॉलर घंटे के नंबर नोट कर लो 12 घंटे शिफ्ट है 647-200 पूरा 3360 कॉल करो 647-200-3360 कॉल कर सकते हो थोड़े सिर से कर्जा माफ करवाना चाहते हो तो कर्जा पहले माफ करो बारह फीस दो नंबर है 888-888-99 सोनी शॉपिंग वाली डोंट फॉरगेट नाम जा रखना महिंद्रा ज्वेलर पवन धुना जी कहते हैं कि सारे कैनेडा में धुमा पईआं होईआं ने महिंद्रा ज्वेलर के शोरूम दीआं एक है एडमिंटन में दूजा सरी के पायल बिन सेंटर में नंबर है तुम जानते हो सारे इको एक नाम रखो महिंद्रा ज्वेलर हाँ जी नंबर फाइव कॉलर की कहना चाहते हो जी बस यार ज्यादा सहूलत मैंने इन्हों का ही लगता क्योंकि वे से अपनी थाली तो दूसरी गल जे हम इन्हों मौका मिले दूर जान का तो मैं लगता इन्हों मूव ऑन हो जाना चाहिए क्योंकि हम तेन आप लानत ही पा सकते दो बार कुछ नहीं कह सकते क्योंकि जे इन्हों की थाली दूर जाना चाहिए इन्हों के खुद वाइफ आ दो बच्चे आ मैं नहीं लगता हूं इन्हों उन्हों रहना चाहिए इन्हों एक मौका मिले इन्हों पछता नहीं चाहिए शायद इन्होंने वधिया ही होया जो भी हो मेरे हिसाब न मतलब इन्हों मतलब असं दिलासा दईए कि यह जिंदगी अपनी नवी शुरुआत कर जिंदगी जी वक्री शुरू कर आई सी मेरे अच्छा परफेक्ट मैच मेकर दे रणजीत कौर उपल एक मैडम है पहले रिश्ता करते हैं बे बाहर पैसे चार्ज करते हैं जो कोई अनमेरिड व्यक्ति है और ब्याह करवाना चाहता चाहे कोई डिवोर्स वाला है तो इन्हों को बहुत सारे रिश्ते ने कैनेडा रणजीत कौर उपल का नंबर है 647-812-2604 से कॉल करो 647-812-2604 से कॉल कर सकते हो नंबर फोर कॉलर की कहना चाहते हो जी बस जी साहब पहला तो ये सस सहरे ने भी कोई गल की हैगी भी तू सा छोटी थाली की कर रहे हो कोई वो बारे अपडेट है कि ये उत्थे मुड़ के दोबारे इंडिया गया कि नहीं जो उस तो बाद ये बारे माड़ा जहाँ इन्होंने पूछे तुम पुछ लो मिठू जी तुम कदम वापस अपने सहरे घर गए जाना ही नहीं हाँ जी हाँ जी हम भी जाना रहना हाँ जी जानते ने जी नंबर टू कॉलर लाइन से बलविंदर हाँ जी जी बोलो जी बोलो तेरे बच्चे मैं अपने बच्चे समझ के रखूंगी मैं होर किसी ब्याह नहीं करना तेरे नाल ही रहना इस घर च रहना दोनों नाल ही रिलेशन रहे ने 9 साल पूरे रिलेशन रख दिया हां जी रिलेशन रखना है
हां जी गल करो अपने मिठू जी, तुसी 9 साल दोना अपनी वाइफ ना ते अपनी साइलेंट दोना ना रिलेशन रखे ने? हां जी हां जी बिल्कुल जी, दोना नु प्यार दित्ता सत्कार दित्ता। एहसान होया फिर? हां जी एहसान होया। सान की? सान एहसान होया फिर, एहसान जिद्दे छड्या आंदा मसान समझे इंसान की। आई डोंट नो, आई एम सॉरी। सान सान तेनु के बस ये नहीं पता, बस सब तुम सबको पता। ਬਾਕੀ ਤਾਂ ਮੇਰੀ ਪਹਿਲਾਂ ਕਾਲ ਕੱਟੀ ਗਈ ਸੀ, ਮੈਂ ਤੁਹਾਨੂੰ ਕਾਲ ਬੈਕ ਫੇਰ ਕਰ ਰਿਹਾ ਜੀ। ਤੇ ਬਾਈ ਕਹਿੰਦਾ ਵੀ ਜਿੱਦਾਂ ਦੇ ਮੈਂ ਕੰਮ ਕਰ ਰਿਹਾ ਉਦੋਂ ਦੇ ਕੋਈ ਕੰਮ ਕਰ ਨਹੀਂ ਸਕਦਾ, ਤੇ ਮੇਰਾ ਵੀਰ ਤੇ ਜਿੱਦਾਂ ਦੇ ਤੂੰ ਕੰਮ ਕਰਦਾ ਸੱਚੀ ਕੋਈ ਕਰ ਹੀ ਨਹੀਂ ਸਕਦਾ ਉਦੋਂ ਦੇ ਕੰਮ। ਸੋ ਮੇਰਾ ਬਾਈ ਤੈਨੂੰ ਇੱਕ ਹੀ ਸੁਜੈਸ਼ਨ ਹੈ ਵੀ ਬੰਦਿਆਂ ਵਾਂਗ ਠੀਕ ਹੋ ਜਾ, ਨਹੀਂ ਅਗਲਿਆਂ ਨੇ ਕੁੱਟਣਾ ਫੜ ਕੇ ਤੈਨੂੰ, ਠੀਕ ਆ। ਤੇ ਅਗਲੀ ਕੁੜੀ ਦੀ ਜ਼ਿੰਦਗੀ ਬਣਦੀ ਅੱਗੇ ਬਣਾ ਲੈਣ ਤੇ ਉਹਨੂੰ ਕਿਉਂ ਦੀ ਜ਼ਿੰਦਗੀ ਖਰਾਬ ਕਰਨ ਲੱਗਿਆ। ਸੋ ਬਾਈ ਤੂੰ ਸਿਆਣਾ ਬੜਾ ਬੰਦਾ ਹੈ, ਉਹ ਨਿਆਣੀ ਸੀਗੀ ਤੇ ਅਕਲਕਾਰ ਮੇਰਾ ਵੀ ਸਿਰ ਤੇ ਹੱਥ ਮਾਰ। अपने ਮਿੱਠੂ ਜੀ ਕੀ ਕਹਿਣਾ, ਮਿੱਠੂ ਜੀ ਗੱਲ ਕਰੋਗੇ? ਨਹੀਂ ਉਹਦਾ ਨਹੀਂ ਪਤਾ ਜੀ ਮੈਨੂੰ, ਉਹ ਤੁਹਾਨੂੰ ਪਤਾ ਨਹੀਂ ਬਾਈ ਜੀ। ਦੂਜੀ ਗੱਲ ਤੁਸੀਂ ਕਹਿ ਰਹੇ ਮੈਨੂੰ ਭੁੱਲਣਾ ਬਹੁਤ ਔਖਾ, ਹਾਲਾਤ ਇਹੋ ਜਿਹੇ ਅੱਜ ਕੱਲ੍ਹ ਦੁਨੀਆਂ 'ਚ ਵੀ ਮਾਵਾਂ ਨੂੰ ਮਰੇ ਪੁੱਤ ਭੁੱਲਣੇ ਪੈ ਜਾਂਦੇ ਆ ਵੀ ਬਾਕੀ ਜਵਾਬ ਫਲ ਜਾ। ਤੁਸੀਂ ਕਿਹੜੇ ਕੰਮਾਂ 'ਤੇ ਹੋਏ ਆ? ਟੈਕਸ ਨੰਬਰ ਅਲਫਾ ਫਿਜੀਓਥੈਰੇਪੀ ਦਾ ਨੰਬਰ ਨੋਟ ਕਰ, ਅਗਰ ਤੁਹਾਡੇ ਨੈਕ ਪੇਨ, ਬੈਕ ਪੇਨ, ਫੁੱਟ ਪੇਨ, ਕਾਰਸਿਨ ਫਿਜੀਓਥੈਰੇਪੀ, ਮਸਾਜ ਥੈਰੇਪੀ ਹੈ ਤਾਂ ਤੁਸੀਂ ਯਾਦ ਰੱਖੋ ਅਲਫਾ ਐਂਡ ਫਿਜੀਓਥੈਰੇਪੀ ਇੱਕ ਐਸਾ ਨਾਮ ਹੈ ਜੋ ਕਿ ਹਫ਼ਤੇ ਦੀ 6 ਦਿਨ ਤੁਹਾਨੂੰ ਰਿਲੀਫ ਦੇਣ ਦੇ ਵਾਸਤੇ ਮਸਾਜ ਥੈਰੇਪੀ ਕਰਦਾ ਹੈ ਅਤੇ ਫ੍ਰੀ ਕਰਦਾ ਹੈ ਜਿਹਨਾਂ ਲੋਕਾਂ ਦੀ ਇਨਸ਼ੋਰੈਂਸ ਹੈ ਜਾਂ ਫਿਰ ਐਕਸੀਡੈਂਟ ਹੋ ਜਾਂਦਾ ਹੈ ਅਤੇ ਦੂਜੇ ਲੋਕਾਂ ਨੂੰ 50% ਡਿਸਕਾਊਂਟ ਦਿੰਦਾ ਹੈ। ਇਹ ਪਤਾਵੇ ਅਤੇ ਸੌਕਸਾਂ ਵੀ ਆਰਡਰ ਦੇ ਕੇ ਤੁਸੀਂ ਬਣਾ ਸਕਦੇ ਹੋ ਆਪਣੇ ਸਾਈਜ਼ ਦੀਆਂ, ਜਿਹਨਾਂ ਲੋਕਾਂ ਦੇ ਅੱਡੀਆਂ ਵਿੱਚ, ਤਲੀਆਂ ਵਿੱਚ ਜਾਂ ਫਿਰ ਬੈਕ ਵਿੱਚ, ਪਿੰਨੀਆਂ ਵਿੱਚ ਦਰਦ ਰਹਿੰਦੀ ਹੈ ਅਤੇ ਇਹ ਐਸੀ ਮਸਾਜ ਥੈਰੇਪੀ ਕਰਦੇ ਨੇ ਇਹ ਦਰਦ ਨੂੰ ਦੂਰ ਕਰਦੇ ਨੇ। ਸੋ ਤੁਸੀਂ ਅਲਫਾ ਫੀ ਥਰੈਪੀ ਏਅਰਪੋਰਟ ਸੈਂਟਰ ਬੋਰਡ ਦੇ ਕੋਲ, ਨੰਬਰ ਨੋਟ ਕਰ ਲਓ 905-226-0035 ਤੇ ਕਾਲ ਕਰੋ, 905-226-0035। ਟੈਲੀ ਟਾਈਮ ਤੋਂ ਸਮਾਰ ਖਰੀਦਣ ਲਈ ਯਾਦ ਰੱਖੋ ਅਤੇ ਫਰੈਂਡਸ ਫਰਨੀਚਰ ਤੇ 600 ਕਿਲੋਮੀਟਰ ਤੱਕ ਫਰਨੀਚਰ ਜਿਹੜਾ ਹੈ ਉਹ ਫ੍ਰੀ ਡਿਲੀਵਰ ਕੀਤਾ ਜਾਂਦਾ ਹੈ। ਮਨਦੀਪ ਢਿੱਲੋ ਲਾਈਨ ਤੇ ਹੋ, ਨੰਬਰ 4 ਕਾਲਰ। ਬਹੁਤ ਮਤਲਬ ਮਾੜੀ ਗੱਲ ਕੀਤੀ ਹੈ ਜੋ ਇਹਨਾਂ ਨੇ ਕੀਤੀ ਆ, ਬਾਕੀ ਬਾਣੀ ਜੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਆਪ ਜੀ, ਔਰਤ ਤੋਂ ਇਲਾਵਾ ਜੇ ਕਿਸੇ ਨੂੰ ਵੇਖਣਾ ਤਾਂ ਆਪਾਂ ਮਾਵਾਂ ਧੀਆਂ ਤੇ ਭੈਣਾਂ ਸਮਝ ਕੇ ਦੇਖਣਾ ਹੁੰਦਾ। ਇਹ ਭਾਈ ਸਾਹਿਬ ਨੇ ਬਹੁਤ ਗਲਤ ਕੰਮ ਕੀਤਾ, ਏਦਾਂ ਦਾ ਕੰਮ ਪਸ਼ੂ ਵੀ ਨਹੀਂ ਕਰਦੇ ਗੇ ਉਹ ਉਹਨਾਂ ਨੂੰ। ਹਾਂਜੀ ਆਪਣਾ ਮਿੱਟੂ ਵੀਰ, ਜਦੋਂ ਕਿ ਤੁਸੀਂ ਇੰਡੀਆ ਗਏ ਹੋ ਪਿੰਕੀ ਜੀ ਨੂੰ ਮਿਲਣ, ਆਪਣੇ ਨਿਆਣੇ ਵੀ ਲੈ ਕੇ ਗਏ ਹੋ ਨਾਲ? ਪਿੰਕੀ ਜੀ ਦੇ ਇੱਥੇ ਕੈਨੇਡਾ ਨੇ ਨਾ, ਇਹਨੇ ਨਾਲ ਨੇ ਇੱਥੇ। ਅੱਛਾ ਤੇ ਇਹਨਾਂ ਉਹਨਾਂ ਦੀ ਬੱਚਿਆਂ ਨਾਲ ਅਟੈਚਮੈਂਟ ਹੈਗੀ ਹੈ ਜੀ? ਹਾਂ ਬੱਚੇ ਨੂੰ ਪੂਰਾ, ਆਪਣੇ ਬੱਚੇ ਨੂੰ ਪੂਰਾ ਸੰਭਾਲਦੇ ਨੇ ਤੁਹਾਡੇ ਨੂੰ ਪਿੰਕੀ ਜੀ? ਹਾਂਜੀ ਹਾਂਜੀ ਪੂਰਾ ਪਿਆਰ ਦਿੰਦੇ ਜੀ, ਉਹ ਕਹਿੰਦੇ ਸੀ ਕਿ ਇਹ ਬੱਚੇ ਆ ਇਹ ਮੇਰੇ ਹੀ ਹੋਣਗੇ। ਯਾ ਨਹੀਂ ਪਤਾ ਕੀ ਗੱਲ ਆ ਬਾਸੀ ਦਾ, ਮਿੱਠੂ ਭਾਜੀ ਠੀਕ ਆ, ਮਿੱਠੂ ਭਾਈ ਤੁਸੀਂ ਗ੍ਰੈਵਲ ਦਾ ਕੰਮ ਕਰਦੇ ਹੋ ਨਾ ਵੀਰ? ਹਾਂਜੀ ਗ੍ਰੈਵਲ ਦਾ ਕਰਨਾ ਭਾਈ। ਓਕੇ ਠੀਕ ਆ, 9 ਸਾਲ ਤੁਹਾਡਾ, ਪਤਾ ਕੀ ਚੱਕਰ ਆ ਵੀਰੇ, ਇੱਥੇ ਤਾਂ ਰਜੂਨਾ ਤੇ ਇਲੂ ਇਲੂ ਖਾ ਕੇ ਨੀ ਗੱਲ ਬਣਦੀ ਬਾਈ, ਤੂੰ 9 ਸਾਲ ਪੂਰੀ ਨੇਰੀ ਲਈ ਵਧੀਆ। ਆਪਣਾ ਕੀ ਕਹਿੰਦੇ ਵੀਰੇ ਹੁਣ ਕੀ ਕੀਤਾ ਜਾਵੇ, ਮਤਲਬ ਤੁਸੀਂ ਕੀ ਚਾਹੁੰਦੇ ਹੋ ਵੀ 9 ਸਾਲ ਬਹੁਤ ਵੱਡਾ ਟਾਈਮ ਹੁੰਦਾ, ਥੋੜੀ ਅਟੈਚਮੈਂਟ ਤਾਂ ਹੋਣੀ ਆ ਨਾ, ਉਧਰੋਂ ਵੀ ਅਟੈਚਮੈਂਟ ਆ ਪਿੰਕੀ ਜੀ ਦੀ? ਨਹੀਂ ਜੀ ਉਧਰ ਨਹੀਂ ਕੋਈ ਵੀ ਨਹੀਂ। ਫਿਰ 9 ਸਾਲ ਵੀਰ ਕਿੱਦਾਂ ਨਿਕਲ ਗਏ ਜੇ ਨਹੀਂ ਅਟੈਚਮੈਂਟ ਸੀ? ਉਹ ਕਹਿੰਦੇ ਹੁਣ ਨੀ ਗੀ, ਪਹਿਲਾਂ ਸੀ 9 ਸਾਲ, ਹੁਣ ਕੁਝ ਗੜਬੜ ਹੋਈ ਆ ਜਿਸ ਕਰਕੇ ਇਹਨਾਂ ਦਾ ਮਨ ਦੁਖੀ ਹੋਇਆ ਤੇ ਇਹ ਰੇਡੀਓ ਤੇ ਆਏ ਨੇ, ਲੋਕਾਂ ਦੱਸਣ ਆਏ ਨੇ ਕਿ ਭਾਈ ਮੈਂ 9 ਸਾਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਗਵਾਏ ਆ ਜਾਂ ਕੀ ਕੀਤਾ ਹੰਡਾਏ ਆ ਅਤੇ ਹੁਣ ਮੈਨੂੰ ਇਹ ਔਖੇ ਦਿਨ ਦੇਖਣੇ ਪੈ ਰਹੇ ਤੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਛੱਡ ਨਹੀਂ ਸਕਦਾ। ਪਰ ਇਹ ਸਹੀ ਨੇ ਬਾਸੀ ਸਾਹਿਬ, ਕਿਉਂਕਿ ਚੱਕਰ ਇਹ ਆ ਵੀ ਜਦੋਂ ਮਿੱਠਾ ਜ਼ਿਆਦਾ ਖਾਈ ਚੱਲੀਏ ਹਨਾ,
फिर मिठा मुड़ के जदों मिठा जी ने दिता मुड़ के वह पिछा हो जाए भी साडा हूं मिठा मुक गया, फिर बाई का ना हूं एडिक्टेड बन गया, बाई का ना अटैचमेंट हुई है ना, हूं बाई इनी मेहनत वाला काम करता हूं यदा हूं नौ साल बाद कोई जवाब दे जाए, ज्यादा पहले ही नहीं इना इना स्ट्रोंग रिलेशन रखना सी, हूं यह बाई जिस हिसाब न गल करता सारे इना कुछ बोलते हैं ये पूरे ठंबे नाल सुन के मीनस की बाई च पेशेंस तो बहुत है। मिठू जी तुम खाने की हो जी बाई जी? हाँ जी हाँ जी बाई मिठू जी तुम खाते की हो जी बाई जी? नंबर थ्री कॉलर प्लीज। हैलो अच्छा बासी साहब मेरी तो एक बेनती सी कि तुहाडा बासी साहब एक गैस्ट है ना तो काम तो इन्हें बहुत ज्यादा गलत कर लिया, ये तो कोई शक नहीं है कोई मतलब सफाई देने की भी लोड़ नहीं है कि ना तो कह सकता कि मैं कोई काम सही किया, पर बासी साहब जिदा कॉलर आके जो बोली जा रहे हैं बंदा हम यह दोनों लैके आए कि मैं करा की तुम बस माड़े जहां कहो कि हर बंदा आके बोली जा रहा काम का गलत हैगा है कहना तो हैगा पर लेकिन थोड़ा जा इनू हम ऐदा कह भाई कि काम तो पिछे हट जा अपनी गाह जिंदगी तो अगे बढ़ काम का गलत हैगा हूं एवं उस चीज़ को सोची जाना है जिस चीज़ का हल है नहीं बस भी बीमारी का कोई इलाज है नहीं है एक एक भी कई लग चुकी है बीमारी का इलाज है नहीं कोई भी इस वीर को यह कहो कि काम को भुल के छड़ के अपना अगे जिंदगी में बधाओ तो बाकी कॉलर जे है माड़ा जहा मतलब अपना शब्दावली माड़ा जी ध्यान रख लेना चंगा जो हरेक आगे बोली जा रहे हैं बस साहब ये थोड़ा थोड़ा गैस है जी ऐसे ठीक है जी मैं कहना चाहना मैं अपने सोते परिवार में दस चाहता कि जो कोई व्यक्ति टुटे हुए दिल का सहारा जोड़ा है लभदा है और तुम लाइफ है उन्हें सांझी की है थोड़ा पूछा कहते गो हैड प्रोसीड करो और जिंदगी किन्ने होर हजारा ही मिलियनस लोग हो गए जेडे कि योजे रस्ते गुजरे होर भी हो गए दुनिया में और उन्होंने अज सब सीख सकते ने फ्यूचर में कोई इदा नहीं करूंगा स्टोरिया लिया का मकसद किसी को डैमेज करना नहीं समाज के जो भी कृतियां ने जो कुछ वापर वो असं थोड़े तक पहुँचा रहे हैं तो थोड़े तो आगे लै रहे हैं सो इन स्टोरियों पेश करना मेरा कोई मकसद नहीं है मेरे इन कोई मेरा बिजनेस ज्यादा नहीं मिलना या घट मिलना यह तो मैं थोड़ा दस रहा कि आह चीज़ा हो रही ने सो लोग जोड़े ने यह हूँ लड़का परेशान इस चीज़ तो आ कि इस लड़की ने मेरी साली ने कसम खाधी सी कि मैं सारी उम्र तेरे रहूंगी हूँ भी नाल रह रही एक घर सो यहाँ मन टुट चुका और यह डॉक्टर के भी जा चुका यह कहता मैं करा की कि मैं लोगों को सलाह लेनी चाहता कि लोग मैनू कोई ऐसा मेरा यदा मन टिके बंदे का कि मैं इस तो दूर हो जाए मेरा मन कुछ यहोजी गल करो कोई यहोजी सलाह दियो ताकि यह व्यक्ति जोड़ा आ जो कुछ बी चुका हुण उत्तों दूर हो जाए तो अपनी लाइफ जी है बच्चे नाल यह बखरी शुरू करे सो यह हल चाहता है थोड़े को नहीं चाहता कि तुम जो कहें बोल इदा बोलिया करो प्लीज स्टोरी में तेरे लैके आनी नहीं मेरे एक्सेंट स्टोरी नहीं लैके आनी हो जी तो मैं थोड़े तो बेनती करदा कि प्लीज कोऑपरेट करो जी सिर साहब लाइन दो मैनो हाँ जी कॉलर लाइन से हेलो जी तुसी 63 कॉल बोलो जी स्वीडन तो कॉल है जी हेलो स्वीडन तो हेलो जी सत श्री अकाल वासी साहब जी ओ मैं तो ये गल कहना चाहना इनु अपनी जड़ी वाइफ वाला ओदे पैर धो के पिछे चाहिए आ ओने इना सबर कीता थैंक यू भाई आर यू टुडे ऑन जी मिठू जी तुसी अपनी वाइफ का पूरा सत्कार कर दे और सत्कार करना चाहिए घर के ना हो कि दो बच्चों ने बाप और बच्चे जड़े ने रोन थोड़ी वाइफ जी परेशान हो और अपने मन में दिलासा दो तो लोग ये कह रहे हैं कि अपनी तुम वाइफ न पूरा सत्कार दो कि इन्ने कुछ होने के बावजूद भी वो थानू थोड़े नाल पूरा प्यार सत्कार दे रही थोड़ी वाइफ तुम एप्रीशिएट करो अपनी वाइफ का धन्यवाद करो कि इन हालात में भी थोड़ा साथ दे रही है वो मिठू जी तुसी अपनी वाइफ नूं पूरा सत्कार दे रहे हो मिठू जी लाइन ते हो हाँ जी चेक कर लाइन नंबर फोर कॉलर प्लीज हेलो बसा सत श्री अकाल जी जी मैं ना रेट हुणी प्रोग्राम लाया अपने हो गया 10 मिनट ते अपने सारी साहिबा ब्याह ही होया कि कुआरे ही हजे जी इन्होंने दो बच्चे ने साली जी कुआरी है और 9 साल तो इस घर ही रह रही है हाले भी घर ही है और साली ने कहा कि मैं इसे थोड़े नाल ही रहूंगी जे थोड़े बच्चे है मैं अपने समझ के मैं ब्याह नहीं करवाना ना रहूंगी हूँ जी साली ने अखा फिर लिया तो वह हूँ जिस करके ये व्यक्ति जो बहुत परेशान है जिस करके ये रेडियो से आया
यह दसना चाहता कि मेरे ना आ बीती है किसी के नाल होर ना बीते कोई यकीन ना करे अपनी साली से ज अपने किसी ऐसे होर मैंबर से जो कहते हैं ये सच नहीं होंगे सवाल यह है ਨਹੀਂ ਬਸ ਸਾਹਿਬ ਸਹੀ ਆ ਗੱਲ ਤੁਹਾਡੀ ਇਹਦੀ ਵੀ ਗੱਲ ਸਹੀ ਆ ਓਬਵੀਅਸਲੀ ਭਾਈ 9 ਸਾਲ ਬੰਦੇ ਨੇ ਪਹਿਲਾਂ ਤਾਂ ਯਕੀਨ ਕੀਤਾ ਉੱਥੇ ਰਹੀ ਘਰ ਰੱਖਿਆ ਉਹਨੂੰ ਮੇਰਾ ਖਿਆਲ ਰੈਂਟ ਰੁੰਟ ਵੀ ਲਿਆ ਨੀ ਹੋਣਾ ਵਿਚਾਰੇ ਨੇ ਤੇ ਹੁਣ ਉਹ ਅੱਖਾਂ ਫੇਰ ਗਈ ਤੇ ਮੇਰੇ ਖਿਆਲ ਨਾਲ ਤਾਂ ਉਹਨੂੰ ਮੂਵ ਆਨ ਕਰ ਦੇਣਾ ਚਾਹੀਦਾ ਇਹਨੂੰ ਘਰ ਦੇ ਵਿੱਚੋਂ ਪਹਿਲੀ ਗੱਲ ਤਾਂ ਇਹ ਆ ਭਾਈ ਉਹਨੂੰ ਨਾਲ ਹੀ ਨਾ ਰੱਖੇ ਹੁਣ ਵੈਰੀ ਗੁੱਡ ਆਈਡੀਆ ਠੀਕ ਆ ਜੀ ਜੀ ਥੈਂਕ ਯੂ ਸੋ ਮਚ ਨੰਬਰ 5 ਕਾਲਰ ਪਲੀਜ਼ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਸਹੀ ਗੱਲ ਹੈ ਜੀ ਮਗਰ ਇਹਨੇ 9 ਸਾਲ ਨੂੰ ਘਰ ਰੱਖਿਆ ਤੇ ਨਾ ਉਹਨੂੰ ਕੰਮ ਕਰਨ ਦਿੱਤਾ ਤੇ ਮੇਰਾ ਖਿਆਲ ਕੰਮ ਕਰ ਇਸ ਕਰਕੇ ਨਹੀਂ ਕਰਨ ਦਿੱਤਾ ਵੀ ਬਾਹਰ ਜਾਊਗੀ ਕੰਮਾਂ ਤੇ ਫਿਰ ਉੱਧਰ ਨਾ ਕਿਸੇ ਨਾਲ ਜੁੜੇ ਇਹਦਾ ਗੱਲਬਾਤ ਹੋ ਜਾਵੇ ਤੇ ਇਹਨੂੰ ਹੁਣ ਉਹਦਾ ਵਿਆਹ ਕਰ ਦੇਣਾ ਚਾਹੀਦਾ ਜਾਂ ਤਾਂ ਉਹਨੂੰ ਮੂਵ ਕਰ ਦੇਣਾ ਚਾਹੀਦਾ ਫਿਰ ਜੇ ਹੁਣ ਬਿਚਰ ਹੋ ਗਈ ਤਾਂ ਫਿਰ ਤਾਂ ਦੇ ਰਹਿਣਾ ਜੀ ਫਿਰ ਤਾਂ ਨਹੀਂ ਮੁੱਕਣੀ ਗੱਲ ਫਿਰ ਤਾਂ ਟੈਨਸ਼ਨ 'ਚ ਰਹਿਣਾ ਜੇ ਨਾ ਬੁਲਾਊਗੀ ਆਪਣੇ ਮਿੱਠੂ ਜੀ ਲੋਕ ਕਹਿੰਦੇ ਨੇ ਕਿ ਇਸ ਤੁਸੀਂ ਆਪਣੀ ਸਾਲੀ ਦਾ ਕਿਤੇ ਵਿਆਹ ਕਰ ਦਿਓ ਔਰ ਜਾਂ ਇਹਨੂੰ ਘਰ ਤੋਂ ਤੁਸੀਂ ਵੱਖਰਾ ਕਰ ਲਿਆ ਦਿਓ लाइन कट रहे नंबर थ्री चेक कर लो ਨੰਬਰ 2 ਕਾਲ ਗੁਰਪ੍ਰੀਤ ਲਾਈਨ ਤੇ ਹੋ ਬਸ ਜੀ ਮੈਂ ਮਿੱਠੂ ਨੂੰ ਕੁਐਸਚਨ ਪੁੱਛਣਾ ਸੀ ਵੀ ਕਿਤੇ ਉਹ ਚੱਕਰ ਤਾਂ ਨਹੀਂ ਜਿਵੇਂ ਕੱਲ ਕੇਸ ਆਇਆ ਸੀ ਵੀ ਉਹ ਚਾਹੁੰਦੀ ਹੋਵੇ ਵੀ ਜਵਾਕ ਹੋਵੇ ਬੇਬੀ ਲੈਣਾ ਤੇ ਇਹ ਨਾ ਮੰਨ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ ਕੁਛ ਜਿਹੜਾ 9 ਸਾਲ ਤੋਂ ਬਾਅਦ ਇਕਲਮ ਇਹਨਾਂ ਦਾ ਮਿੱਠੂ ਜੀ ਇੱਕ ਕਾਲਰ ਕਹਿ ਰਿਹਾ ਕਿ ਤੁਹਾਡਾ ਅੱਛਾ ਇਸ ਤਰ੍ਹਾਂ ਨਹੀਂ ਹੈ ਨੰਬਰ 1 ਕਾਲਰ ਪਲੀਜ਼ ਨੰਬਰ 1 ਕਾਲਰ ਲਾਈਨ ਤੇ ਹੋ ਹਾਂਜੀ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਉਹ ਅੱਛਾ ਮੈਂ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਜੀ ਇਹਨਾਂ ਦੀ ਵਾਈਫ ਦਾ ਵੀ ਕਸੂਰ ਆ ਜਿਹੜਾ ਇੰਨਾ ਚਿਰ ਨਾਲ ਰਹੀ ਗਈ ਚਲੋ ਜਿੱਦਾਂ ਉਹ ਕਾਲਰ ਕਹਿੰਦੇ ਸੀ ਜੀ ਉਹਨੇ ਪੈਰ ਧੋ ਕੇ ਪੀਣੇ ਚਾਹੀਦੇ ਆ ਅਲਟੀਮੇਟਲੀ ਆਪਣੀ ਲਾਈਫ ਤਾਂ ਉਹਨੇ ਖਰਾਬ ਕਰ ਲਈ ਤੇ ਇਹਨਾਂ ਦਾ ਅੱਛਾ ਇਹਨਾਂ ਨੂੰ ਇੰਨੀ ਵੀ ਚੀਜ਼ਾਂ ਜਿਹੜਾ ਸੱਚਾਈ ਨਾਲ ਦੱਸ ਰਹੇ ਆ ਤਾਂ ਸਿੱਧਾ ਕਲੀਅਰ ਹੈ ਕਿ ਇਹਨਾਂ ਦਾ ਪਿਆਰ ਸਾਰੀ ਨਾ ਸੀ ਅਸਲੀ ਚੀਜ਼ ਤਾਂ ਇਹ ਸੀਗੀ ਕਿ ਆਪਣੀ ਵਾਈਫ ਨੂੰ ਡਿਵੋਰਸ ਦਿੰਦਾ ਇਹ ਜੋ ਮਰਜ਼ੀ ਕਰਦਾ ਜਿਹੜੀ ਵਾਈਫ ਦਾ ਵੀ ਕਸੂਰ ਆ ਮੈਨੂੰ ਪਤਾ ਨੀ ਕਿਉਂ ਉਹਨੇ ਦਿੱਤਾ ਨੀ ਅੱਜ ਕੱਲ ਦੇ ਜ਼ਮਾਨੇ ਚ ਉਹਨੂੰ ਪੈਰ ਤੋਂ ਕੇ ਪੀੜਾ ਨੀ ਤਾਂ ਗੱਲ ਹੀ ਨੀ ਆ ਲਾਈਫ ਤਾਂ ਉਹੀ ਖਰਾਬ ਹੋਈ ਮਿਹਰਬਾਨੀ ਜੀ ਨੰਬਰ 4 ਕਾਲਰ ਜੀ ਹਰਮਨਦੀਪ ਲਾਈਨ ਤੇ ਹੋ ਬਾਸੀ ਸਾਹਿਬ ਅੱਜ ਨਾ ਲੇਡੀਜ਼ ਬਹੁਤ ਘੱਟ ਗੱਲ ਕਰ ਰਹੀਆਂ ਨੇ ਇਹ ਸਟੋਰੀ ਤੋਂ ਲੇਡੀਜ਼ ਨੂੰ ਸਿੱਖਣਾ ਚਾਹੀਦਾ ਵਾ ਕਿ ਜੇ ਕੋਈ ਘਰ ਦੇ ਵਿੱਚ ਇਦਾਂ ਦੀ ਪ੍ਰੋਬਲਮ ਆ ਗਈ ਤਾਂ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਗੱਲ ਤੇ ਦੇਖੋ ਇਹਦੀ ਮੁੰਡੇ ਦੀ ਘਰ ਵਾਲੀ ਨੇ ਕਿੰਨੀ ਗੱਲ ਸਮਝੀ ਆ ਆਪਦਾ ਘਰ ਵਸਾਇਆ ਇੱਦਾਂ ਲੇਡੀਜ਼ ਨੂੰ ਬੇਨਤੀ ਕਰੋ ਕਿ ਵੱਧ ਤੋਂ ਵੱਧ ਕਾਲ ਕਰੋ ਤੇ ਮੁੰਡੇ ਤੋਂ ਸਿੱਖੋ ਜੇ ਕੋਈ ਤੁਹਾਨੂੰ ਵੀ ਆਪਦੇ ਘਰ ਵਾਲੀ ਦੀ ਕੋਈ ਇਹੋ ਜਿਹੀ ਗੱਲ ਪਤਾ ਲੱਗਦੀ ਆ ਤਾਂ ਤੁਸੀਂ ਸਮਝਿਆ ਕਰੋ ਤਾਂ ਕਿ ਉਹਦੇ ਗੱਲ ਪਿਆ ਕਰੋ ਧੰਨਵਾਦ ਜੀ ਨੰਬਰ 2 ਕਾਲਰ ਹੈ ਆਪਣੇ ਦਮਨ ਲਾਈਨ ਤੇ ਹੋ ਹਾਂਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਜੀ ਬਾਈ ਇਹਨਾਂ ਦੀ ਆਪਣਾ ਜਿਵੇਂ ਬਾਈ ਦੀ ਗੱਲ ਸੁਣੀ ਆ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਜਦੋਂ ਆਪਾਂ ਨੂੰ ਗਲਤ ਜੋ ਮਰਜ਼ੀ ਬੋਲਦੀ ਹੈ ਜੀ ਪਰ ਬੰਦੇ ਨੇ ਸੱਚਾਈ ਦੱਸੀ ਆ ਜੋ ਵੀ ਗੱਲ ਬੰਦੇ ਨੇ ਕੀਤੀ ਆ ਆਪਦੀ ਗੱਲ ਦੀ ਕੱਚੀ ਗੱਲ ਦੱਸ ਕੇ ਗਿਆ ਤੇ ਦੂਜੀ ਗੱਲ ਜੀ ਜਿਵੇਂ ਇਹਨਾਂ ਨੇ ਦੱਸਿਆ ਵੀ ਇਹਨਾਂ ਦੀ ਵਾਈਫ ਨੂੰ ਸਾਰਾ ਕੁਛ ਪਤਾ ਲੱਗ ਗਿਆ ਸੀਗਾ ਤੇ ਪਤਾ ਹੋਣ ਦੇ ਬਾਵਜੂਦ ਵੀ ਉਹ ਆਪਦੀ ਭੈਣ ਨੂੰ ਨਾ ਰੱਖੀ ਬੈਠੀ ਹੈ ਜੀ ਸਭ ਖੁਸ਼ੀ ਹੈ ਜੀ ਵਿੱਚ ਕਿਉਂਕਿ ਦੇਖੋ ਨੀ ਤਾਂ ਬੰਦਾ ਆਪਦੀ ਭੈਣ ਨੂੰ ਅਗਲਾ ਸਮਝਾ ਦਿੰਦਾ ਵੀ ਗੁੱਡੀ ਹੁਣ ਤੂੰ ਚਲੀ ਜਾ ਬਹੁਤ ਕੁਛ ਹੋ ਗਿਆ ਸਾਲ ਹੋ ਚੁੱਕੇ ਆ ਹਜੇ ਵੀ ਨਾਲ ਰਹਿ ਰਹੀ ਆ ਘਰ ਵਾਲੀ ਨੂੰ ਪਤਾ ਕੋਈ ਨਾ ਕੋਈ ਤਾਂ ਚੱਕਰ ਹੈ ਨਾ ਜੀ ਉਹ ਜਿਹੜੀ ਨਬਜ ਹੈਗੀ ਉਹ ਫੜੋ ਜੀ ਇਸ ਬੰਦੇ ਮਿੱਠੂ ਜੀ ਤੁਸੀਂ ਸੱਚ ਦੱਸ ਰਹੇ ਹੋ ਸੱਚ ਦੱਸੋਗੇ ਕਿ ਤੁਹਾਡੀ ਜਿਹੜੀ ਸਾਲੀ ਆ ਉਹਦੀ ਹੁਣ ਉਮਰ ਹੈ ਇਸ ਵੇਲੇ ਕਿੰਨੀ 22 ਸਾਲ ਦੀ 24 ਸਾਲ ਦੀ 25 ਸਾਲ ਦੀ ਕਿੰਨੀ ਹੋ ਗਈ ਆ 30 ਸਾਲ ਹੋ ਗਈ ਉਹਨਾਂ ਨੇ 31 ਸਾਲ ਹੋ ਗਈ ਆ ਹਾਂਜੀ ਤਾਂ ਉਹ ਕਹਿੰਦੇ ਨੇ ਮੈਂ ਵਿਆਹ ਕਰਾਉਣਾ ਨਹੀਂ ਜੀ ਤੇ ਤੁਹਾਡੀ ਕਿੰਨੀ ਉਮਰ ਹੈ ਮੇਰੀ 42 ਹੈ 42 ਆ ਆਲਮੋਸਟ 11 ਸਾਲ ਦਾ ਫਰਕ ਹੈ ਸੋ ਜਿਹੜੀ ਇਹਦੀ ਮਾਂ ਬਾਪ ਹੈ ਤੁਹਾਡੇ ਸੱਸ ਸਾਰਾ ਇੰਡੀਆ ਵਿੱਚ ਨੇ ਉਹ ਨਹੀਂ ਕਹਿੰਦੇ ਕਿ ਮਤਲਬ ਲੜਕੀ ਨੂੰ ਤੁਹਾਨੂੰ ਕਹਿੰਦੇ ਹੋਣਗੇ ਕਿ ਤੁਸੀਂ ਬੇਟਾ ਇਹਦੇ ਵਾਸਤੇ ਕੋਈ ਲੜਕਾ ਲੱਭੋ ਇਹਦੀ ਸ਼ਾਦੀ ਕਰ ਦਈਏ ਆਪਾਂ 31 ਸਾਲ ਉਮਰ ਬੱਚੇ ਦੀ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਤੁਹਾਡੀ ਜਿਹੜੀ ਸਾਲੀ ਆ ਪਿੰਕੀ
ਓਹਦੇ ਮਨ ਕਰਦੇ ਨੇ ਵਿਆਹ ਕਰਾਉਣ ਨੂੰ? ਉਹਨੇ ਕਦੇ ਕਿਹਾ ਨੀ ਮੈਂ ਵਿਆਹ ਕਰਾਉਣਾ ਮੈਂ? ਅੱਛਾ, ਹੁਣ ਕਦੇ ਨੀ ਕਿਹਾ ਵਿਆਹ ਕਰਾਉਣਾ, ਕਿਉਂਕਿ ਨੌ ਸਾਲ ਤਾਂ ਲਗਾਤਾਰ ਤੁਹਾਡੇ ਨਾਲ ਹੀ ਆ, ਹਾਲੇ ਵੀ ਤੁਹਾਡੇ ਨਾਲ ਆ, ਹੁਣ ਹੁਣ ਤੁਹਾਡੇ ਨਾਲ ਨਹੀਂ ਬੋਲਦੀ, ਹੁਣ ਕੀ ਕਹਿੰਦੀ ਹੈ ਕਿ ਮੈਂ ਘਰੋਂ ਮੂਵ ਹੋ ਜਾਣਾ? ਸਰ ਬੋਲਣਾ ਛੱਡਿਆ, ਮੂਵ ਹੋਣ ਵਾਲੇ ਨੀ ਕਹਿੰਦੀ, ਨਾ ਕਹਿੰਦੀ ਕਿ ਮੈਂ ਵਿਆਹ ਕਰਾਉਣਾ ਆ। ਤੁਹਾਡੀ ਸਾਰੀ ਕਿਤੇ ਹੋਰ ਤਾਂ ਨੀ ਮਤਲਬ ਉਹਦਾ ਮਨ ਦੇ ਵਿੱਚ ਹੋਵੇ ਕਿਸੇ ਹੋਰ ਲੜਕੇ ਦੇ ਨਾਲ ਉਹਦਾ ਪਿਆਰ ਸੰਬੰਧ ਪੈਦਾ ਹੋ ਗਿਆ ਹੋਵੇ, ਉਹ ਚਾਹੁੰਦੀ ਹੋਵੇ ਕਿ ਮੈਨੂੰ ਆਹ ਲੜਕਾ ਚੰਗਾ ਲੱਗਦਾ, ਮੈਂ ਆਹ ਲੜਕਾ ਲੱਭ ਰਿਹਾ, ਸ਼ਾਦੀ ਕਰਾਉਣੀ ਹੈ, ਤੁਹਾਡੀ ਭੈਣ ਦੱਸਿਆ ਹੋਵੇ, ਕੁਝ ਐਸੀ ਕੁਸਰ ਮੁਸਰ ਘਰ ਵਿੱਚ ਹੋਈ ਹੋਵੇ? ਹਾਂਜੀ, ਚਲੋ ਤਾਂ ਕਹਿਣ ਦੀਆਂ ਗੱਲਾਂ ਵਾ, ਨਹੀਂ ਮੈਂ ਦੱਸ ਦੇਣਾ ਸਾਰਾ ਕੁਛ ਸੱਚ। ਕੀ ਕਹਿੰਦੀ ਜੇ ਗੱਲ ਕੋਈ ਹੋਈ? ਅੱਬਲ ਤਾਂ ਕਹਿੰਦੀ ਮੈਂ ਵਿਆਹ ਕਰਾਉਣਾ ਨੀ ਗਾ, ਜੇ ਕਰਾਉਂਗੀ ਤਾਂ ਮੈਂ ਆਪਣੇ ਹਸਬੈਂਡ ਨੂੰ ਦੱਸ ਦੂੰਗੀ। ਦੁਨੀਆਦਾਰੀ ਸਮਝ ਆ ਗਈ ਆ ਕਿ ਕਿੱਦਾਂ ਤੁਸੀਂ ਚਾਈਲਡ ਟਾਈਮ ਕਿਸੇ ਨੂੰ ਕਿੱਦਾਂ ਅਬਿਊਜ਼ ਕਰਦੇ ਆ, ਜਿਦਾਂ ਤੁਸੀਂ ਗਰੋਨ ਅਪ ਹੋ ਜਾਂਦੇ ਹੋ ਡਿਫਰੈਂਟ ਕਿੱਦਾਂ ਬਿਹੇਵ ਹੋ ਜਾਂਦਾ ਵਾ, ਕਿੱਦਾਂ ਲਾਈਫ ਸਟਾਈਲ ਚੇਂਜ ਹੋ ਜਾਂਦਾ ਹਨਾ, ਅਡਲਟ ਹੋ ਜਾਂਦੇ ਹੋ ਤੁਸੀਂ, ਆਰਮੀ ਦੇ ਵਿੱਚ ਦੂਰ ਚਲੇ ਜਾਂਦੇ ਨੇ, ਕਿੰਨਾ ਟਾਈਮ ਰਹਿ ਲੈਂਦੀਆਂ ਨੇ, ਅਲੱਗ ਸੈਪਰੇਟ ਸਟਰਗਲ ਕਰਦੀਆਂ ਨੇ, ਰਹਿ ਲੈਂਦੀਆਂ ਹਨਾ, ਅਤੇ ਵੀ ਸਟਰਗਲ ਕਰ ਸਕਦੇ ਸੀ, ਇਹ ਤਾਂ ਮੈਨ ਸੀਗੇ, ਉਹ ਤਾਂ ਗਰਲ ਸੀ, ਉਹ ਤਾਂ ਬੱਚੀ ਸੀ ਉਸ ਟਾਈਮ, ਹੁਣ ਉਹ ਅਡਲਟ ਹੋ ਗਈ ਆ, ਹੁਣ ਮੂਵ ਹੁਣ ਹੋਣਾ ਚਾਹੁੰਦੀ ਹੈ, ਇਹਨਾਂ ਨੂੰ ਹੋ ਲੈਣ ਦੇਣਾ ਚਾਹੀਦਾ, ਤੇ ਨਾਲੇ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਪਹਿਲੇ ਨੰਬਰ ਤੇ ਤਾਂ ਇਹ, ਤੇ ਬਾਕੀ ਗੱਲ ਮੈਂ ਹੋਰ ਤਾਂ ਕੁਛ ਨੀ ਕਹਿਣਾ ਕਿ ਇਹ ਉਹ ਗਰੋਨ ਅਪ ਹੋ ਗਿਆ, ਲੈਟ ਹਰ ਗੋ, ਤੁਸੀਂ ਉਹਦੇ ਨਾਲ ਉਹਦਾ ਟਾਈਮ ਸਪੈਂਡ ਕਰ ਲਿਆ, ਉਹਦੀ ਲਾਈਫ ਖਰਾਬ ਕਰ ਦਿੱਤੀ, ਆਪਦਾ ਇੰਜੋਏ ਕਰ ਲਿਆ, ਹੁਣ ਤੁਸੀਂ ਉਹਨੂੰ ਜਾਣ ਦਿਓ। ਥੈਂਕ ਯੂ। ਕਾਲਰ ਕਹਿੰਦੇ ਨੇ ਕਿ ਤੁਸੀਂ ਹੁਣ ਉਹਨੂੰ ਕੋਈ ਉਹਦਾ ਘਰ ਵਸਾਓ, ਉਹਦਾ ਵਿਆਹ ਕਰ ਦਿਓ, ਜਾਂ ਉਹਨੂੰ ਘਰੋਂ ਆਪਣਾ ਕੋਈ ਹੋਰ ਘਰ ਲੈ ਮੂਵ ਕਰ ਦਿਓ। ਹੁਣ ਉਹ ਕੰਮ ਕਰਦੀ ਹੈ ਤੁਹਾਡੀ ਸਾਲੀ? ਨਹੀਂ। ਅੱਛਾ, ਕੰਮ 10 ਸਾਲ ਤੋਂ ਕੰਮੇ ਨੀ ਕਰਦੀ ਉਹ? ਮਾੜਾ ਮੋਟਾ ਪਰਸਨਲ ਆ ਜੀ, ਉਹ ਮਾੜਾ ਮੋਟਾ ਹੀ ਕਰਦੀ ਹੈ, ਪਾਰਟ ਟਾਈਮ ਕਰ ਲਿਆ, ਮਤਲਬ ਕਿ ਕੋਈ ਕੰਮ ਨੀ ਕਰਦੀ? ਨਹੀਂ ਜੀ। 31 ਸਾਲ ਦੀ ਉਮਰ ਹੋ, ਕਿੰਨੇ ਸਾਲ ਹੋ ਕਿੱਥੇ ਆਈ ਨੂੰ? 10 ਸਾਲ ਹੋ ਗਏ। 10 ਸਾਲ ਹੋ ਗਏ ਆ ਤਾਂ ਕੋਈ ਕੰਮ ਨੀ ਕਰਦੀ, ਮੈਂ ਹੈਰਾਨ ਆ। ਆਪਣੇ ਮਿੱਠੂ ਜੀ ਮਾਈਂਡ ਨੀ ਕਰਨਾ, ਇਹ ਆਪਾਂ ਗੱਲਾਂ ਤਾਂ ਕਰ ਰਹੇ ਆ, ਗੱਲਾਂ ਕਰਨੀਆਂ ਈਜ਼ੀ ਆ, ਜਵਾਬ ਦੇਣਾ ਹਰ ਇੱਕ ਬੰਦਾ ਵਿਅਕਤੀ ਗੱਲਬਾਤ ਕਰਦਾ ਆ, ਪਰ 10 ਸਾਲ ਲਗਾਤਾਰ ਇਸ ਕੰਟਰੀ ਵਿੱਚ ਕਿਵੇਂ ਘਰ ਦੇ ਵਿੱਚ ਸਾਰਾ ਦਿਨ 24 ਘੰਟੇ ਰਹਿ ਸਕਦੇ? ਉਹਨਾਂ ਦੀ ਗੁੱਡ ਪੇ ਆ, ਪਾਰਟ ਟਾਈਮ ਕਰਦੇ ਆ, ਪਾਰਟ ਟਾਈਮ ਕੀ ਮਾੜਾ ਮੋਟਾ ਆਪਸ਼ਨਲ ਆ, ਉਹ ਘਰੋਂ ਬੈਠ ਕੇ ਵੀ ਕਰਦੇ ਆ ਕੰਮ। ਮਿੱਠੂ ਜੀ ਲਾਈਨ ਚ ਨੇ, ਇਹ ਆਪਣੀ ਘਰ ਦੀ ਸਟੋਰੀ ਸੁਣਾ ਰਹੇ ਨੇ। ਸੋ ਮਿੱਠੂ ਜੀ, ਤੁਹਾਡਾ ਮਨ ਕੀ ਕਹਿੰਦਾ ਹੈ ਕਿ ਉਹਨੂੰ ਘਰੋਂ ਤੁਸੀਂ, ਉਹ ਚਾਹੁੰਦੀ ਹੈ ਕਿ ਮੈਨੂੰ ਮੂਵ ਕਰ ਦਿਓ? ਨਹੀਂ, ਹੁਣ ਉਹੀ ਚੀਜ਼ ਦਾ ਪਤਾ ਨੀ ਲੱਗ ਰਿਹਾ ਵੀ ਮੈਂ ਉਹਨੂੰ ਪੁੱਛਦਾ ਵੀ ਉਹ ਕੀ ਗੱਲ ਕੀ ਕਰਨਾ ਆ, ਉਹ ਦੱਸ ਹੀ ਨਹੀਂ ਰਿਹਾ ਮੈਨੂੰ ਕੁਛ ਵੀ, ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕਰਨ ਦੀ, ਕੋਈ ਵੀ ਤੁਹਾਡੇ ਨਾਲ ਸਲਾਹ ਕੀਤੀ ਜਾਵੇ ਵੀ ਕੀ ਕਰੇ ਕੀਤਾ ਜਾਵੇ ਕੱਲ ਨੂੰ, ਮੈਂ ਕੋਈ ਮੈਨੂੰ ਥੋੜਾ ਗੁੱਸਾ ਵੀ ਆਉਂਦਾ ਆ ਕਿ ਬੰਦਾ ਸਲਾਹ ਕਰਕੇ ਦੱਸ ਸਕਦਾ ਵੀ ਆਪਾਂ ਆਹ ਕਰੀਏ, ਨੈਕਸਟ ਆਹ ਕਰਨਾ ਆ। ਹੁਣ ਅਸੀਂ ਕਮਿਊਨਿਟੀ ਤੋਂ ਇਹ ਮਿੱਠੂ ਧੜ ਸਾਹਿਬ ਨੇ, ਇਹ ਕਹਿੰਦਾ ਕਿ ਮੈਂ ਇਹ ਜਾਣਨਾ ਚਾਹੁੰਦਾ ਕਿ ਤੂੰ ਘਰ ਆਪਣਾ ਮੂਵ ਹੋ ਰਿਹਾ, ਘਰੋਂ ਕਰ ਲਿਆ, ਉਹ ਵੀ ਕਹਿਣਾ ਚਾਹੁੰਦੀ ਘਰੋਂ ਕੱਢ ਨਹੀਂ ਸਕਦਾ ਕਿਉਂਕਿ ਰਿਸ਼ਤਾ ਰਿਹਾ, ਇਹ ਕੋਈ ਐਸੀ ਸਲਾਹ ਦਿਓ ਸਾਨੂੰ ਕਿ ਹੁਣ ਕਰੇ ਕੀ। ਅੱਛਾ, ਨੰਬਰ 4 ਕਾਲਰ ਕੀ ਕਹਿਣਾ ਚਾਹੁੰਦੇ ਹੋ? ਬਾਕੀ ਸਾਹਿਬ, ਮੈਂ ਤਾਂ ਤੁਸੀਂ ਇੱਕ ਪਾਸੇ ਸਟੋਰੀ ਸੁਣ ਰਹੇ ਆ, ਇਹਨੇ ਲਾਲੀ ਪਾਪ ਕਿੰਨੇ ਦਿੱਤੇ ਹੋਣੇ ਆ,
ਇਹਨੂੰ ਪੁੱਛੋ ਨਾ ਵੀ ਇਹਨੇ ਤਾਜ ਮਹਿਲ ਸੋਚਿਆ ਕਿੰਨੇ ਤਾਜ ਮਹਿਲ ਬਣਾ ਕੇ ਦਊਗਾ। ਆਪਾਂ ਸਟੋਰੀ ਇੱਕ ਪਾਸੇ ਸੁਣੀ ਜਾਂਦੇ ਹਾਂ ਨਾ, ਦੂਜੇ ਪਾਸੇ ਦੂਜੇ ਪਾਸੇ ਆਪਣੀ ਸਟੋਰੀ ਆਪਾਂ ਕੋਲ ਹੈ ਨੀ ਗੀ। ਇਹਨੇ ਕਿੰਨੇ ਲਾਲੀ ਪਾਪ ਦਿੱਤੇ ਹੋਣੇ ਉਹਨੂੰ। ਮਿੱਠੂ ਜੀ, ਅਗਰ ਤੁਹਾਡੀ ਜਿਹੜੀ ਸਾਲੀ ਆ ਰੇਡੀਓ ਤੇ ਇਨਕੇਸ ਕੱਲ ਨੂੰ ਆਵੇ ਤਾਂ ਅਸੀਂ ਟਾਈਮ ਦੇਈਏ ਪਿੰਕੀ ਨੂੰ, ਤੇ ਤੁਸੀਂ ਫੇਸ ਕਰੋਗੇ? ਹਾਂਜੀ, ਮਤਲਬ ਜੀ ਉਹ ਅੱਜ ਵੀ ਰੇਡੀਓ ਤੇ ਤਾਂ ਦੱਸੇ ਕਿ ਤੁਸੀਂ ਉਹਦੇ ਨਾਲ ਕੋਈ ਵਧੀਕੀ ਕੀਤੀ ਆ, ਉਹਨੂੰ ਤੁਸੀਂ ਕੁਛ ਲਾਰੇ ਲਾਏ ਆ, ਕੁਝ ਉਹਨੂੰ ਕਿਹਾ ਆ, ਤੁਸੀਂ ਉਹਨੂੰ ਛੋਟੀ ਉਮਰ ਦੇ ਵਿੱਚ ਕੋਈ ਐਸੀ ਗੱਲ ਕਹਿ ਦਿੱਤੀ ਆ? ਉਹ ਬੱਚਾ ਜਿਹੜਾ ਆ ਛੋਟੀ ਉਮਰ ਦਾ ਸੀਗਾ, ਤੂੰ ਉਹਨੂੰ ਆਪਣੀ ਲਪੇਟ ਵਿੱਚ ਲੈ ਲਿਆ, ਪਿਆਰ ਦੀ ਲਪੇਟ ਵਿੱਚ ਲੈ ਕੇ। ਨਿੱਕੇ ਬੱਚੇ ਉਮਰ ਦੇ ਵਿੱਚ ਗਲਤੀਆਂ ਕਰ ਲੈਂਦੇ ਨੇ, ਤੇਰੀ ਜ਼ਿਆਦਾ ਉਮਰ ਸੀ 11 ਸਾਲ ਦਾ ਫਰਕ ਹੈ, ਔਰ ਉਹ ਬੱਚੀ ਦੀ ਜ਼ਿੰਦਗੀ ਬਰਬਾਦ ਕਰਤੀ। ਉਹਦੀ ਲੜਕੀ ਬਿਲਕੁਲ ਨਾਰਮਲ ਹੈ? ਮਿੱਠੂ, ਇਹ ਮੰਨਣਾ ਪਊਗਾ ਤੇਰੀ ਬਹੁਤ ਵੱਡੀ ਮਿਸਟੇਕ ਆ। ਵਾਈ ਯੂ ਡੂ ਦੈਟ ਸਵੀਟੀ? ਤੂੰ ਕਾਹਤੋਂ ਕੀਤਾ ਇਹ ਕੰਮ? ਤੂੰ 31 ਸਾਲ ਦੀ ਲੜਕੀ, ਜਿਹੜੀ 19 ਸਾਲ ਦੀ ਲੜਕੀ ਨੂੰ ਤੂੰ ਦੱਸਦਾ, ਆਪਣੀ ਭੈਣ ਨੂੰ, ਆਪਣੀ ਵਾਈਫ ਨੂੰ ਦੱਸਦਾ? ਤੂੰ ਆਪਣੇ ਸੱਸ ਸਹੁਰੇ ਤਾਂ ਨਹੀਂ ਸੀ ਗੱਲ ਕਰ ਸਕਦਾ, ਤੂੰ ਆਪਣੀ ਵਾਈਫ ਨਾਲ ਗੱਲ ਕਰਦਾ ਕਿ ਇਹਨੂੰ ਆਪਾਂ ਬੱਚੇ ਨੂੰ ਸਮਝਾਈਏ, ਇਹਦਾ ਵਿਆਹ ਕਰ ਦੇਈਏ ਜੇ ਬੱਚੇ ਨੂੰ ਇਸ ਤਰ੍ਹਾਂ ਦੀ ਹਰਕਤਾਂ ਕਰਦਾ? ਇਹ ਹੁਣ ਤੈਨੂੰ ਦੱਸਣਾ ਚਾਹੀਦਾ ਸੀਗਾ? ਨਹੀਂ, ਪਰ 11 ਸਾਲ ਪਹਿਲਾਂ, ਕਮ ਔਨ ਬੇਬੀ, 11 ਸਾਲ ਪਹਿਲਾਂ ਇਸ ਬੱਚੇ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਤੂੰ ਮਿੱਠੂ। ਵਾਈ ਯੂ ਡੂ ਦੈਟ? ਕਿਉਂਕਿ ਬੱਚਾ ਜਿਹੜਾ ਕਿਸੇ ਦੀ ਧੀ ਆ। ਮਿੱਠੂ ਜੀ, ਇਹ ਤੁਸੀਂ ਗਲਤ ਕੰਮ ਕੀਤਾ। 11 ਸਾਲ ਪਹਿਲਾਂ ਉਹ ਬੱਚਾ ਜਿਹੜਾ ਆ, 11 ਸਾਲ ਤੁਹਾਡੇ ਤੋਂ ਘੱਟ ਉਮਰ ਦਾ ਆ, 19 ਸਾਲ ਦਾ ਆ, ਸਪੋਜ਼ ਕਰ 20 ਸਾਲ ਦਾ ਬੱਚਾ। ਤੁਹਾਡੀ ਤਾਂ ਆਲਰੇਡੀ ਉਮਰ ਜਿਹੜੀ ਆ 31 ਸਾਲ ਦੀ ਹੋ ਜਾਂਦੀ ਆ, ਹੁਣ ਤੁਸੀਂ 41-42 ਸਾਲ ਦੇ ਹੋ, ਉਹ 30-31 ਸਾਲ ਦੀ ਹੋ ਗਈ ਆ, ਨਾ ਵਿਆਹੀ ਨਾ ਕੁਆਰੀ। ਉਹ ਬੇਚਾਰੀ ਕਰੇਗੀ ਕੀ? ਉਹਦੀ ਜ਼ਿੰਦਗੀ ਬਰਬਾਦ ਕੀਤੀ ਨਾ, ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮਿੱਠੂ ਤੋਂ। ਮਿੱਠੂ, ਸੱਤਿਆਨਾਸ਼ ਕਰ ਦਿੱਤਾ ਉਸ ਲੜਕੀ ਦਾ। ਉਹ ਵੀ ਧੀ ਹੈ ਕਿਸੇ ਦੀ, ਉਹ ਧੀ ਕਿਸੇ ਦੀ ਨੀ, ਉਹ ਸਾਡੀ ਧੀ ਆ। ਅਸੀਂ ਧੀ ਸਮਝਦੇ ਉਸ ਬੱਚੇ ਨੂੰ, ਉਸ ਬੱਚੇ ਨੂੰ ਬਰਬਾਦ ਕਰ ਦਿੱਤਾ ਆ। ਬਾਕੀ ਚਾਹੋ ਸਾਰੀ ਹੋਵੇ, ਮਾਂ ਹੋਵੇ, ਭੈਣ ਹੋਵੇ, ਤੁਹਾਡਾ ਤੁਹਾਡੀ ਨਜ਼ਰ ਚਾਹੀਦੀ ਆ ਵੀ ਦੇਖਣ ਨੂੰ ਵੀ ਤੁਸੀਂ ਕੀ ਸਮਝਦੇ ਆ, ਕੀ ਰਿਸਪੈਕਟ ਕਰਨੀ ਉਹਨੂੰ। ਦੈਟਸ ਨਾਟ ਰਾਈਟ, 100% ਮਿੱਠੂ ਦੀ ਗਲਤੀ ਹੈ ਇਹ। ਨੰਬਰ 6 ਕਾਲਰ ਪਲੀਜ਼, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਬਾਸੀ ਸਾਹਿਬ, ਦੇਖੋ ਜੀ, ਹੈਲੋ ਗੱਲ ਕਰੋ ਜੀ। ਹੈਲੋ ਹੈਲੋ, ਮੈਂ ਸੁਣ ਰਿਹਾ। ਹੈਲੋ, ਬਈ ਬੰਦੇ ਦਾ ਨਾ ਬਈ ਸਾਰੀ ਵਿਰੋਧਤਾ ਇਹਦੀ ਕਰਦੇ ਆ ਬੰਦੇ ਦੀ, ਮਤਲਬ ਬੇਇੱਜ਼ਤੀ ਕਰਦੇ। ਕਾਲਰ, ਜੀਜੇ ਸਾਲੀ ਦਾ ਜਿਹੜਾ ਰਿਸ਼ਤਾ ਹੁੰਦਾ ਨਾ, ਅੱਧੇ ਘਰ ਵਾਲੀ ਦਾ ਹੁੰਦਾ, ਤੇ ਜੇ ਦੋਹਾਂ ਨੂੰ ਹੀ ਇਹ ਰੱਖ ਲਵੇ ਤਾਂ ਮਾੜੀ ਗੱਲ ਨੀ, ਉਹਦਾ ਪਿਆਰ ਆ, ਉਹ ਉਹਨੂੰ ਪਿਆਰ ਕਰਦਾ ਆ, ਤੇ ਲੋਕਾਂ ਨੂੰ ਕਾਹਦੇ ਤਕਲੀਫ ਹੁੰਦੀ ਆ? ਬਈ ਮਤਲਬ ਇਹ ਆ ਬਈ ਇਹ ਸਾਰਾ ਸਮਝੌਤਾ ਨਹੀਂ ਤਾਂ ਉਹ ਕੋਈ ਖਾ ਖੂ ਕੇ ਕੋਈ ਮਰ ਗਿਆ ਤਾਂ ਫੇਰ ਕਹਿਣਾ ਬਈ ਉਹ ਸਾਡਾ ਬਈ ਸਾਰਾ ਪ੍ਰਾਹੁਣਾ ਚਲ ਗਿਆ, ਤੇ ਉਹ ਫਿਰ ਸਾਰਾ ਇਸ ਰਿਸ਼ਤੇਦਾਰਾਂ ਨੂੰ ਬਹਿ ਕੇ ਨਾ, ਤੇ ਇਹ ਸਮਝਾਉਣਾ ਚਾਹੀਦਾ ਇਹਨੂੰ ਬਈ ਮਤਲਬ ਖਰਚਾ ਚੱਕਦਾ ਤਾਂ, ਤੇ ਬਾਕੀ ਜੇ ਖਰਚੇ ਦੀ ਹੋਰ ਲੋੜ ਪਵੇ ਨਾ ਤੇ ਮੈਂ ਦੇਣ ਨੂੰ ਤਿਆਰ ਆ। ਮੇਰਾ ਫੋਨ ਨੰਬਰ ਇਹਨੂੰ ਦੇ ਦਿਓ, ਤੇ ਇਹ ਪਿਆਰ ਆ, ਪਿਆਰ ਕੋਈ ਕਰਨਾ ਪਾਪ ਨਹੀਂ, ਉਹ ਸਾਰੇ ਕਰਨਾ ਗਲਤ ਆ, ਉਹਦੀ ਤੁਸੀਂ ਬੇਇੱਜ਼ਤੀ ਕਾਹਦੇ ਕਰਵਾਉਂਦੇ ਆ ਕਾਦਰਾਂ ਤੋਂ? ਤੁਸੀਂ ਕੋਈ ਨਾ ਕੋਈ ਆਪਣੇ ਟਾਂਡੀ ਮਾਰ ਟਾਂਡੀ ਮਾਰ, ਤੁਸੀਂ ਹਮੇਸ਼ਾ ਕੋਈ ਨਾ ਕੋਈ ਪੁੱਠਾ ਪੰਗਾ ਲੈਂਦੇ ਲੋਕਾਂ ਨਾਲ। ਵਾਈ ਯੂ ਡੂ ਦੈਟ? ਤੁਸੀਂ ਜੋ ਕਹਿ ਰਹੇ ਹੋ, ਤੁਸੀਂ ਕਹਿੰਦੇ ਪੈਸੇ ਦੇਣ ਨੂੰ ਤਿਆਰ ਹੈ, ਪੈਸੇ ਦੇਣ ਨੂੰ ਤਿਆਰ ਹੈ, ਲੋਕ ਗਲਤ ਕੰਮ ਕਰਨ। ਗਲਤ ਕੰਮ ਨਹੀਂ, ਉਹ ਰਿਸ਼ਤੇਦਾਰੀ ਉਹ ਆਪਣਾ ਪਿਆਰ ਕਰਦਾ ਆ, ਲਵ ਕਰਦਾ ਆ। ਕਮ ਔਨ ਸਟਾਪ ਇਟ ਪਲੀਜ਼, ਕਿਹੜਾ ਪਿਆਰ ਕਰਦਾ, ਕਿਹੜਾ ਐਸਾ ਪਿਆਰ? ਓਕੇ, ਐਨੀਵੇ ਟੈਂਡੀ ਜੀ, ਉਹਦਾ ਵੀ ਲੋਕ ਸੁਭ ਕੇ ਲੋਕੀ ਕੰਮ ਕਰਦੇ ਹੀ ਆ, ਸਾਰੀਆਂ ਦਾ ਹੈਗੇ ਹੀ ਆ। ਕੌਣ ਕਰਦਾ ਇਦਾਂ? ਸਾਹਮਣੇ ਆ ਗਿਆ। ਸਟਾਪ ਇਟ, ਡੋਨਟ ਸੇ ਦੈਟ ਪਲੀਜ਼, ਡੋਨਟ ਮੇਕ ਮੀ ਅਪਸੈਟ। ਟੈਂਡੀ ਸਾਹਿਬ, ਤੁਸੀਂ ਕਿਉਂ ਫਾਲਤੂ ਗੱਲਾਂ ਕਰਦੇ ਹੋ? ਤੁਸੀਂ ਲਾਈਨ ਤੇ ਹੋਲਡ ਰੱਖੋ, ਲਾਈਨ ਕੱਟ ਗਏ ਹੋ। ਇਹ ਹਮੇਸ਼ਾ ਉਲਟੀ ਗੱਲ ਕਰਦਾ ਬੰਦਾ ਇਹ, ਕਿ ਟਾਂਡੀ ਮਕਟਾ, ਮੈਨੂੰ ਸਮਝ ਲਿਆ ਵੀ ਚਾਹੁੰਦਾ ਕੀ ਇਹ। ਟੈਂਡੀ ਜੀ ਪਲੀਜ਼
ਡੋਂਟ ਗਿਵ ਮੀ ਐਡਵਾਈਸ ਕਿ ਜੋ ਜਿਹੜੀ ਗੱਲਾਂ ਕਹੀਆਂ ਆ ਇਹ ਮੁੜ ਕੇ ਨਹੀਂ ਕਹਿਣੀ ਸਟੇਸ਼ਨ ਤੇ ਘਰਾਂ ਵਿੱਚ ਸਾਰੀਆਂ ਜੀਜੇ ਸਾਰੀ ਦਾ ਪਿਆਰ ਸਤਿਕਾਰ ਹੈ ਭੈਣ ਭਰਾ ਵਾਲਾ ਰਿਸ਼ਤਾ ਪਵਿੱਤਰ ਰਿਸ਼ਤਾ ਹੈ ਕਲੰਕਿਤ ਕਰ ਦਿੱਤਾ ਹੈ ਰਿਸ਼ਤਾ ਔਰ ਪ੍ਰਟੈਂਡ ਜੀ ਮੇਕ ਸ਼ੋਰ ਕਿ ਵਾਚ ਯੋਰ ਲੈਂਗੁਏਜ ਨੰਬਰ 3 ਕਾਲਰ ਪਲੀਜ਼ जी बिल्कुल जी नंबर 3 लाइन ते भी जाने बस अब टांडी साहब बारे तो मैं सिर्फ एक ही गल कहनी चाहूंगा मैनू लगता भी इन्हां दे घरे सारे स्कीरिंग वाले जां ए एक दूजे ने मुद्दा करी रखदे आ ताई इन्हां नू सारे रिश्तियां च ही एहो जिहा कुछ दिंदा बाकी स्टोरी वाले भाई नू भी मैं कहना चाहूंगा कि मैनू पता जिन्ना साडे पिंडां दी जे मैं गल करां तां शायद वड्डे जीजे नू निक्की साली साली रिश्ते दे विच हुंदी पर उहनू भैण जां वड्डे जीजे नू कहा जांदा कि चल ए आपे हुण जिम्मेवारी चक्कू है प्यो वर्गा गा सो थोड़ी बहुती तो टांडी वर्गे तो चलो अकल ही है नहीं आपां आई कह सकते हैं कि जिहड़े ऐ बोलदे उहनां दे ताल दूंगा भैणा भूणा पता नहीं किवें पुट्ठे सिद्धे पैंदे होणे आ उह ते बाकी स्टोरी वाले भाई साहब नू भी थोड़ा जिहा चाहीदा कि चलो पहला तो न्याणी की जिंदगी आपां कर ही दित्ती है बर्बाद भैण वाला रिश्ता कह लो जां बेटी वाला रिश्ता गलत हो गया हुण तुहानूं पता कि समझ जो सो ना करिया करो यार इदां जे कोई होर भी कर रहा तो प्लीज गलत हुंदा गा किसे बच्चे की जिंदगी है क्योंकि पहला वह इनोसेंट सी हुण वह वड्डी हो गई उहनूं अकल आ गई हो सकता उहनूं अकल तां 25 सालां ते आ गई होवे 3-4 साल तां उहने विचारे ने हैजीटेट हुंदी नहीं कढ लिया हुण वी आ करके बैठी आ जां हुण किवें पिछे हटाए सब तों ना सो हो जांदा न्याणियां तों गलती प्लीज आए ना करिया करो वधिया नहीं लगदा सुणिया नंबर 3 कॉलर की कहना चाहुंदे हो दूजे मैं भाई साहब नू कहना जी जी बेनती है सारी है फोन से लेके आओ था फर्क नहीं हुंदा मेरिया भी सालियां इत्थे असीं रखड़ी बनाई थी मेरिया आपदियां भैणां इंडिया सारियां देखो सालियां नहीं ते कई सारियां तीआं वर्गियां हुंदियां छोटी बहुत उम्र हुंदियां ने वड्डे जीजे हुंदे ने ते ओह तीआं वी हुंदियां ने एक मेरा फ्रेंड आ यूएस दे विच एदा ही साली दे आशकियां मारदा सीगा इस टाइम जेल भी जा चुका प्रोवेशन भी लगी हो पैर च कड़ी भी पई हो मैरिटरी अपसैट भी हो गया इहनू इह चाहीदा कि अपने इहनां चक्करां दे विचों निकल के अपने आप नू कितें जेल च जो जे उहने इहदी कंप्लेंट कर दी तां मैनूं रेप करदा रिहा इहदी सारी उम्र जेल च बीतनी है इहदी बंदे दा पुत बण के उहनूं मूव ऑन होवे उहनूं भी करे ऐसी अपने अंत दे विच मैं एक ब्रेक लेनी चाहांगा और एक मैं कॉलर नूं चांस दे रहा सिर्फ जो कि किसी नूं